ਅਸਲਾਮ ਵਾਲੇਕਮ, ਕਿਆ ਹਾਲ ਹੈ? ਠੀਕ ਠਾਕ ਹੋ? ਮੈਂ ਰਿਹਾਨ ਹਾਂ, ਮੈਂ ਤੁਸੀਂ ਵੇਖਦੇ ਪਏ ਮੇਰਾ ਯੂਟਿਊਬ ਚੈਨਲ ਕੌਮਡੀ ਵਿਦ ਰਿਹਾਨ। ਅਤੇ ਦੋਸਤੋ, ਅੱਜ ਦੇ ਵਲੋਗ ਦਾ ਕਰਨੇ ਹੈਗਾ। ਦੋਸਤੋ, ਤੁਹਾਨੂੰ ਪਤਾ ਹੈ ਵੀ ਗਰਮੀ ਬੜੀ ਪੈ ਰਹੀ ਹੈ ਇੱਥੇ। ਜ਼ਿਮੀਦਾਰ ਜਿਹੜਾ ਉਹ ਨਰਮੇ ਦੀ ਬੀਜਾਂ ਦੀ ਸ਼ੁਰੂ ਹੋਏ। ਜ਼ਿਮੀਦਾਰ ਦਿਨ ਰਾਤ ਇੱਕ ਕੀਤੀ ਖਵੇ, ਅਤੇ ਬਾਬਾ ਇਕਰਾਮ ਉਹ ਨਰਮਾ ਬੀਜ ਰਿਹਾ ਪਲਾਂਟਰ ਵਾਲਾ। ਤੁਹਾਨੂੰ ਵਿਖਾਉਣੇ ਨਾਲ ਆਉਂਦੀ ਡਿੱਗੀ ਖੜੀ ਹੈ, ਇਹਦੇ ਵਿੱਚ ਮਾਲ ਮੂਲ ਦੇ ਪਾਣੀ ਭਰੋ। ਅਗਰ ਨਹੀਂ ਇੱਕ ਵਕਤ ਨਹਿਰ ਆਉਂਦੀ ਤਾਂ ਪਲਾਂਟਰ ਵਾਲਾ ਨਰਮੇ ਨੂੰ ਪਾਣੀ ਲੱਗ ਸਕਦਾ। ਅਤੇ ਤੁਹਾਡੇ ਨਾਲ ਉਹ ਵੀ ਵੀਡੀਓ ਅਗਾਂਹ ਸ਼ੇਅਰ ਕਰਨੇ। ਦੋਸਤੋ, ਇਹ ਡਿੱਗੀ ਸਾਨੂੰ ਵਿਖਾਉਣ ਦੇ ਪੈਣੇ ਦਾ ਬੜਾ ਫਾਇਦਾ ਹੈ ਵੀ ਹੁਣ ਅਗਰ ਇੱਕ ਟਾਈਮ ਨਹੀਂ ਪਾਣੀ ਤਾਂ ਮੁੜ ਇੱਥੋਂ ਪਾਣੀ ਲਾ ਵੀ ਸਕਦਾ ਨਰਮੇ ਨੂੰ, ਇੱਥੇ ਜਾਨਵਰ ਆ ਤੇ ਵਿੱਚ ਨਹਾ ਵੀ ਸਕਦੇ ਨੇ, ਪਾਣੀ ਪੀ ਵੀ ਸਕਦੇ। ਦੋਸਤੋ, ਅਗਾਂਹ ਬਾਬੇ ਕਰਾਮ ਨਾਲ ਕਰਨੇ ਮੁਲਾਕਾਤ, ਉਹ ਤੁਹਾਨੂੰ ਦੱਸਣਗੇ ਵੀ ਇਹ ਨਰਮੇ 'ਤੇ ਕਿੰਨਾ ਖਰਚਾ ਆਇਆ ਜਾਂ ਇਸ ਤੋਂ ਬਾਅਦ ਕਿੰਨਾ ਖਰਚਾ ਆਉਣਾ ਹੈ, ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਗੇ, ਜ਼ਰੂਰ ਇਨਸ਼ਾਅੱਲਾ ਦੱਸਣਗੇ। ਨਾਲ ਉਹਦੀ ਅਤੇ ਬਾਬਾ ਕਰਾਮ ਫਿਰਦਾ ਹੈ ਜੀ, ਟੋਕਾਂ ਛੱਡਦਾ ਪਾਣੀ ਲਾਉਂਦਾ ਪਿਆ। ਤੁਹਾਨੂੰ ਵਿਖਾਉਂਦੇ ਹਾਂ ਬਾਬਾ। ਦੋਸਤੋ, ਵੇਖੋ ਪਲਾਂਟਰ ਨਰਮ ਹੈ ਬਾਬੇ ਕਰਾਮ ਦਾ, ਬਾਬੇ ਕਰਾਮ ਹੈ। ਵੇਖੋ ਭੰਗਰੋ ਭੰਗਰੀ ਵਹਿ ਖੜਾ, ਇੰਨੀ ਧੁੱਪ ਪੈਂਦੀ ਪਈ, ਪਾਣੀ ਲਾਉਂਦਾ ਪਿਆ। ਮਿੱਟੀ ਨਾਲ ਮਿੱਟੀ ਹੋਵੇ ਖਾਣੇ ਤਾਂ ਹੈਗਾ, ਕਣਕ ਨੂੰ ਰੇਟ ਕੋਣੀ ਬਾਬਾ, ਇਸ ਵਜ੍ਹਾ ਤੋਂ ਬਾਬਾ ਆਉਂਦਾ ਕਿ ਜਿਹੜਾ ਨਾ ਕਣਕ ਮਹਿੰਗੀ ਵਿਕਿਆ ਜੀ, ਤੇ ਬਹੁਤ ਖਰਚਾ ਵੈਸੇ ਨੀ ਬਾਬਾ। ਕਿੰਨੀ ਕੋਈ ਗੱਲ ਨਹੀਂ, ਕੋਈ ਮਸਲਾ ਨਹੀਂ, ਸਾਨੂੰ ਕੁਛ ਨਹੀਂ ਹੁੰਦਾ। ਅੱਛਾ, ਗਰੀਬ ਆਵਾਮ ਦਾ ਫਾਇਦਾ ਹੋ ਗਿਆ। ਜ਼ਿਮੀਦਾਰਾਂ ਨੂੰ ਕੁਛ ਹੁੰਦਾ, ਸਾਰਾ ਸਾਲ ਇਵੇਂ ਰਵੇ, ਸਸਤੀ ਹੋਵੇ, 2500 3000 ਰੇਟ ਰਵੇ ਬਸ। ਤੇ ਬਾਬਾ ਪਲਾਂਟਰ ਦਾ ਕੀ ਕੀ ਪਾਣੀ ਸੁੱਖ ਲੱਗ ਜਾਂਦਾ? ਪਲਾਂਟਰ ਤੇ ਅੱਗੇ ਪੱਖਾ ਲਾਉਂਦੇ ਸਾਂ, ਅੱਜ ਹੁਣ ਪਲਾਂਟਰ ਨੂੰ ਐਵੇਂ ਟੋਕਾਂ ਲੱਗੀਆਂ। ਨਹੀਂ ਇਹ ਪਾਣੀ ਤਾਂ ਤੇਜ਼ ਹੈ, ਪਾਣੀ ਤੇਜ਼ ਹੈ। ਨਹਿਰ ਤਾਂ ਤੇਜ਼ ਹੈ, ਹਾਂ ਠੀਕ ਪਾਣੀ। ਬਾਬਾ ਪਲਾਂਟਰ ਤੇ ਕਿੰਨਾ ਖਰਚਾ ਆਇਆ? ਖਰਚਾ ਬੜਾ ਮਾਸ਼ਾਅੱਲਾ ਆ ਗਿਆ। ਕਿੰਨਾ ਕੁੱਤਾ ਮੀਆਂ ਹਾਸ਼ਮ ਅਲੀ ਦਾ ਚੋਰ ਹੈ। ਖਰਚਾ ਤਾਂ ਵੀ ਆਇਆ ਕਿੰਨਾ ਕੁ? ਖਰਚਾ ਤਕਰੀਬਨ ਇੱਥੇ ਆ ਗਿਆ ਜੀ 10,000 ਦਾ ਵੀ ਪੈ ਗਿਆ। ਤੇ ਉਸ ਤੋਂ ਬਾਅਦ ਲੇਜ਼ਰ ਕਰਵਾਈਏ, ਪਹਿਲੇ ਦੋ ਪਾਈ ਇਹਨੂੰ, ਤਕਰੀਬਨ 20,000 ਦਾ ਖਰਚਾ ਆ ਗਿਆ। ਇਸ ਤਾਂ ਇਸ ਤੋਂ ਪਿੱਛੇ ਫਿਰ ਕਿਹੜਾ ਖਰਚਾ ਲੈਂਦਾ ਆਮਨਾ, ਸਪਰੇ ਪਲਾਂਟਰ ਤੇ ਇੱਕ ਕਰਨਾ ਹੈਗਾ ਕਿਉਂ ਗੰਦ ਨਾ ਉਗਰੇ ਖਾਲੀਆਂ ਦੇ ਵਿੱਚ। ਇਹ ਤਾਂ ਤੇ ਉਸ ਤੋਂ ਬਾਅਦ ਜੀ ਕਿੱਲਾ ਬਾਬਾ ਇਹ ਜੀ 1.5 ਏਕੜੇ। ਅੱਛਾ, ਪਰ ਉਹ ਨਾਲ ਵਿੱਚ ਜ਼ਮੀਨ ਛੱਡੀ ਡਿੱਗੀ ਦਾ ਪਾਣੀ ਵੀ ਪਾਉਂਦਾ, ਇਹ ਅੱਜ ਪਾਣੀ ਪਾਸ ਹੈ, ਸ਼ਾਮੀ ਆਉਣਾ ਫੁੱਲ ਪਾਣੀ ਹੋਵੇ, ਪਾਣੀ ਫੁੱਲ ਅਸੀਂ ਇਹਨੂੰ ਪਲਾਂਟਰ ਨੂੰ ਕਰਤੇ, ਉਸ ਤੋਂ ਬਾਅਦ ਉਹਦੇ ਡਿੱਗੀ ਨੂੰ ਪਾਣ ਦੇਣਾ ਪਾਣੀ। ਮੈਂ ਉਦੋਂ ਲਾਈ ਜਾਂਦਾ ਇੱਥੇ ਪਾਣੀ ਆਇਆ, ਖਾਇਆ ਕਿ ਨਹੀਂ ਆਉਂਦਾ? ਨਹੀਂ ਬਸ ਉੱਥੇ ਖਾਲੀ ਬਣਾਈ ਹੋਈ ਹੈ ਨਾਲ, ਟੈਨਸ਼ਨ ਨਹੀਂ ਲੈਣੀ। ਵਾਹ ਬਾਬਾ ਦੋਸਤੋ, ਤੁਹਾਨੂੰ ਵਿਖਾਇਆ ਬਿਨਾ ਬਾਬਾ ਇਕਰਾਮ ਖੜੇ ਆਏ ਪਲਾਂਟਰ, ਇਹਨਾਂ ਨੇ ਨਰਮਾ ਬੀਜਿਆ ਤੇ ਪਲਾਂਟਰ ਦਾ ਇਹ ਫਾਇਦਾ ਹੈ ਬਿਨਾ ਖਾਲੀਆਂ 'ਚ ਪਾਣੀ ਸੌਖਾ ਲੱਗਦਾ ਹੋਰ ਐਡਾ। ਤੇ ਬਾਬਾ ਦੱਸੀ ਜਾਂਦਾ ਵੀ ਚੰਗਾ ਭਲਾ ਖਰਚਾ ਆਇਆ ਇਸ ਪਲਾਂਟਰ ਤੇ। ਦੋਸਤੋ, ਇਹ ਤੁਹਾਨੂੰ ਅੱਜ ਬਾਬਾ ਇਕਰਾਮ ਦੱਸਦੇ ਪਏ ਨਾ ਇਸ ਵੀਡੀਓ ਦੇ ਵਿੱਚ ਜਿਹੜਾ ਪਲਾਂਟਰ ਵਾਲਾ ਨਰਮਾ ਇਹਦੇ 'ਤੇ ਕਿੰਨਾ ਖਰਚਾ ਆਇਆ ਜਾਂ ਇਸ ਤੋਂ ਬਾਅਦ ਖਾਦਾਂ ਸਪਰੇਵਾਂ ਚੌਕੀ ਦਾ ਆਉਣਾ, ਉਹ ਇਸ ਵੀਡੀਓ ਦੇ ਵਿੱਚ ਬਾਬਾ ਇਕਰਾਮ ਤੁਹਾਨੂੰ ਦੱਸਦੇ ਪਏ। ਇਹ ਦੋਸਤੋ, ਇਹ ਵੇਖ ਲਓ ਪਲਾਂਟਰ ਵਾਲਾ ਨਰਮਾ, ਇਹਦੇ ਵਿੱਚ ਪਾਣੀ ਵੀ ਲੱਗਾ ਪਿਆ, ਵੇਖ ਸਕਦੇ ਹੋ ਤੁਸੀਂ। ਤੇ ਨਰਮਾ ਬੀਜ ਸਾਡਾ ਸਾਡਾ ਬਸ ਹੁਣ ਫਿਲਹਾਲ ਤਾਂ ਜ਼ਿਮੀਦਾਰ ਵਿਹਲਾ ਹੋ ਹੀ ਗਿਆ ਵੀ ਨਰਮਾ ਨੂੰ ਨਵਾਂ ਬੀਜ ਦੇਣਾ ਸਾਰਾ। ਦੋਸਤੋ, ਅੱਜ ਦੀ ਸਾਡੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ, ਵੀਡੀਓ ਕੋ ਲਾਈਕ ਸ਼ੇਅਰ ਜ਼ਰੂਰ ਕਰੇ, ਔਰ ਅਗਲੀ ਵੀਡੀਓ ਤੱਕ ਇੰਤਜ਼ਾਰ ਕਰੇ। ਓਕੇ, ਬਾਏ, ਅੱਲਾ।